ਸਤਿ ਸ਼੍ਰੀ ਅਕਾਲ ਜੀ ਮੈਂ ਸਵਾਤ ਸਕਸੈਨਾ ਪੰਜਾਬੀ ਖਬਰਾਂ ਵੇਖ ਰਹੇ ਆਪ ਸਭ ਦਾ ਸਵਾਗਤ ਕਰਦੀ ਹਾਂ ਖਬਰਾਂ ਸ਼ੁਰੂਆਤ ਕਰਾਂਗੇ ਪਰਿੰਜਰ ਹੈਡਲਾਈਨਸ ਤੇ लॉकडाउन विच केंद्र सरकार ने दी वड्डी राह शर्तां नाल अज हर तरह दी दुकानां खोलन दी आ गया गृह मंत्रालय वालों शॉपिंग मॉल्स ते मार्केट कंपलैक्स नूं खोलन दी इजाजत नहीं कोरोना दी आफत विच भी नहीं रुक रही अतवादी गतिविधियां जम्मू कश्मीर के पुलवामा जिले विच तीन अतवादी ढेर सर्च ऑपरेशन जारी देश भर विच कोरोना दी आफत भारत विच 24,000 तो पार होए कोरोना मरीज कोरोना कारण 775 लोगों की गई जान पंजाब विच कोरोना का कहर बरकरार मरीजों की गिनती 300 तो पार राजपुरा विच 6 होर व्यक्तियों की कोरोना रिपोर्ट आई पॉजिटिव पंजाब विच कोरोना के बढ़ रहे प्रकोप नूं वेखदिया पंजाब सरकार के सेहत विभाग वालों अहम फैसला सेहत विभाग वालों रोजाना किए जाएंगे 1200 टेस्ट श्री हजूर साहिब विखे फसिया सिख संगतां वापस लियाने पटियाला तो पीआरटीसी दियां 32 बसा रवाना उधर अमृतसर तो 4 बसा नूं किया गया रवाना ਖਬਰਾਂ ਵਿਸਥਾਰ ਨਾਲ ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ 3 ਮਈ ਤੱਕ ਲੋਕਡਾਊਨ ਹੈ ਇਸ ਦਰਮਿਆਨ ਸਰਕਾਰ ਨੇ ਵੱਡੀ ਰਾਹਤ ਦਿੰਦੇ ਹੋਇਆਂ ਅੱਜ ਹਰ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਹੈ ਇਸ ਵਿੱਚ ਜ਼ਰੂਰੀ ਹੈ ਅਤੇ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਸ਼ਾਮਲ ਨੇ ਧਿਆਨ ਦੇਣਯੋਗ ਇਹ ਵੀ ਗੱਲ ਹੈ ਕਿ ਇਹਨਾਂ ਦੁਕਾਨਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਲੋਕਡਾਊਨ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ ਹਾਲਾਂਕਿ ਗ੍ਰਹਿ ਮੰਤਰਾਲੇ ਨੇ ਸ਼ਾਪਿੰਗ ਮਾਲਸ ਅਤੇ ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਗ੍ਰਹਿ ਮੰਤਰਾਲੇ ਨੇ ਸਾਫ਼ ਕੀਤਾ ਕਿ ਦਿਹਾਤੀ ਖੇਤਰਾਂ ਵਿੱਚ ਸ਼ਾਪਿੰਗ ਮਾਲਸ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ ਇਸ ਤੋਂ ਇਲਾਵਾ ਅਰਬਨ ਇਲਾਕੇ ਸ਼ਹਿਰੀ ਖੇਤਰਾਂ ਵਿੱਚ ਰਿਹਾਇਸ਼ੀ ਕੰਪਲੈਕਸਾਂ ਵਿੱਚ ਅਤੇ ਗੁਆਂਢ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੈ ਪਰ ਬਾਜ਼ਾਰ ਮਾਰਕੀਟ ਕੰਪਲੈਕਸਾਂ ਵਿੱਚ ਸ਼ਾਪਿੰਗ ਮਾਲਸ ਵਿੱਚ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ ਇਹ ਸਪਸ਼ਟ ਕੀਤਾ ਗਿਆ ਹੈ ਕਿ ਈ ਕਾਮਰਸ ਕੰਪਨੀਆਂ ਦੁਆਰਾ ਵਿਕਰੀ ਨੂੰ ਸਿਰਫ ਜ਼ਰੂਰੀ ਚੀਜ਼ਾਂ ਲਈ ਆਗਿਆ ਦੇਣਾ ਜਾਰੀ ਰਹੇਗਾ ਇਹ ਵੀ ਸਪਸ਼ਟ ਕੀਤਾ ਗਿਆ ਕਿ ਸ਼ਰਾਬ ਅਤੇ ਹੋਰ ਚੀਜ਼ਾਂ ਦੀ ਵਿਕਰੀ 'ਤੇ ਰੋਕ ਹੈ ਗ੍ਰਹਿ ਮੰਤਰਾਲੇ ਦੇ ਆਦੇਸ਼ ਮੁਤਾਬਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉਹ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ ਜੋ ਦੁਕਾਨਾਂ ਰਜਿਸਟਰ ਨੇ ਇਹ ਛੋਟ ਉਹਨਾਂ ਦੁਕਾਨਾਂ ਨੂੰ ਹੈ ਜੋ ਨਗਰ ਨਿਗਮ ਅਤੇ ਨਗਰ ਪਾਲਿਕਾ ਦੇ ਦਾਇਰੇ ਵਿੱਚ ਨਹੀਂ ਆਉਂਦੇ ਇਸ ਦਾ ਮਤਲਬ ਇਹ ਹੈ ਕਿ ਨਗਰ ਨਿਗਮ ਅਤੇ ਨਗਰ ਪਾਲਿਕਾ ਦੇ ਦਾਇਰੇ ਵਿੱਚ ਆਉਣ ਵਾਲੀਆਂ ਦੁਕਾਨਾਂ ਮਾਲ ਅਤੇ ਮਾਰਕੀਟ ਕੰਪਲੈਕਸ ਦੇ ਸਾਰੇ ਸ਼ਟਰ ਬੰਦ ਰਹਿਣਗੇ ਸਿੰਗਲ ਬ੍ਰਾਂਡ ਅਤੇ ਮਲਟੀ ਬ੍ਰਾਂਡ ਦੀਆਂ ਦੁਕਾਨਾਂ 'ਤੇ ਲੋਕਡਾਊਨ ਅਜੇ ਵੀ ਕਾਇਮ ਰਹੇਗਾ ਮੰਤਰਾਲੇ ਵੱਲੋਂ ਜਾਰੀ ਛੋਟ ਉਹਨਾਂ ਇਲਾਕਿਆਂ ਵਿੱਚ ਪ੍ਰਭਾਵੀ ਨਹੀਂ ਹੋਵੇਗੀ ਜਿੱਥੇ ਕੋਰੋਨਾ ਦੀ ਵਜ੍ਹਾ ਨਾਲ ਹੋਟ ਸਪੋਟ ਜ਼ੋਨ ਜਾਂ ਫਿਰ ਕੰਟੇਨਮੈਂਟ ਜ਼ੋਨ ਐਲਾਨੇ ਗਏ ਨੇ ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸਿਨੇਮਾ ਹਾਲ ਮਾਲ ਸ਼ਾਪਿੰਗ ਕੰਪਲੈਕਸ ਜਿਮ ਸਪੋਰਟਸ ਕੰਪਲੈਕਸ ਸਵਿੰਗ ਪੂਲ ਮਨੋਰੰਜਨ ਪਾਰਕ ਅਤੇ ਬਾਰ ਅਫਸੇ ਅਸੈਂਬਲੀ ਹਾਲ ਲੋਕਡਾਊਨ ਖਤਮ ਹੋਣ ਤੱਕ ਵੀ ਬੰਦ ਰਹਿਣਗੇ ਚੰਡੀਗੜ੍ਹ ਵਿੱਚ 3 ਮਈ ਤੋਂ ਪਹਿਲਾਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ ਇਸ ਬਾਰੇ ਖੁਦ ਸਲਾਹਕਾਰ ਮਨੋਜ ਪਰਿੰਦਾ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਆਖਿਆ ਕਿ ਚੰਡੀਗੜ੍ਹ ਕੰਟੇਨਮੈਂਟ ਜ਼ੋਨ ਵਿੱਚ ਹੈ ਅਤੇ ਅਜੇ ਉਹ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਕੋਈ ਵੀ ਦੁਕਾਨ ਖੋਲ੍ਹਣ ਦੀ ਆਗਿਆ ਨਹੀਂ ਦੇ ਸਕਦੇ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਵਿੱਚ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਸੀ ਜਿਸ ਵਿੱਚ ਸਮਾਜਿਕ ਦੂਰੀ ਬਣਾਏ ਰੱਖਣ ਦੀ ਗੱਲ ਆਖੀ ਗਈ ਸੀ ਇਸ ਤੋਂ ਇਲਾਵਾ ਅਹਤਿਆਤ ਦੇ ਤੌਰ 'ਤੇ ਮਾਲਕ ਯਾਨੀ ਕਿ ਮਾਸਕ ਪਹਿਨਣ ਦੀ ਵੀ ਗੱਲ ਆਖੀ ਗਈ ਸੀ ਹਾਲਾਂਕਿ ਗ੍ਰਹਿ ਮੰਤਰਾਲੇ ਨੇ ਸ਼ਾਪਿੰਗ ਮਾਲਸ ਅਤੇ ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਹੈ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ ਉਹਨਾਂ ਨੇ ਮੁਕਾਬਲੇ ਵਿੱਚ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੂਤਰਾਂ ਮੁਤਾਬਕ ਅੱਤਵਾਦੀਆਂ ਵਿੱਚੋਂ ਇੱਕ ਮੁੱਖ ਅੱਤਵਾਦੀ ਦਾ ਸਹਿਯੋਗੀ ਦੱਸਿਆ ਜਾ ਰਿਹਾ ਹੈ ਜਦੋਂ ਕਿ 2 ਹੋਰਨਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਸੂਤਰਾਂ ਨੂੰ ਜਾਣਕਾਰੀ ਮਿਲੀ ਸੀ ਕਿ ਅਵੰਤੀਪੋਰਾ ਦੇ ਗੋਰੀਪੋਰਾ ਇਲਾਕੇ ਵਿੱਚ 2 ਤੋਂ 3 ਅੱਤਵਾਦੀ ਲੁਕੇ ਹੋਏ ਨੇ ਇਸ ਦੇ ਆਧਾਰ 'ਤੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਸੁਰੱਖਿਆ ਕਰਮਚਾਰੀਆਂ ਨੇ ਇਲਾਕੇ ਨੂੰ ਚਾਰੋਂ ਪਾਸੋਂ ਘੇਰ ਕੇ ਮੁਕਾਬਲਾ ਸ਼ੁਰੂ ਕੀਤਾ ਦੋਹਾਂ ਪਾਸਿਓਂ ਗੋਲੀਬਾਰੀ ਹੁੰਦੀ ਰਹੀ ਹੈ ਅਤੇ ਆਖਿਰਕਾਰ 3 ਅੱਤਵਾਦੀ ਨੂੰ ਮਾਰ ਦਿੱਤਾ ਗਿਆ ਹਾਲਾਂਕਿ ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ
ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ। ਲੋਕਡਾਊਨ ਤੋਂ ਬਾਅਦ ਵੀ ਕੋਰੋਨਾ ਵਾਇਰਸ ਦੀ ਰਫ਼ਤਾਰ ਜਾ ਰਹੀ ਹੈ। ਇਸ ਜਾਨਲੇਵਾ ਵਾਇਰਸ ਕਾਰਨ ਮਰੀਜ਼ਾਂ ਦੀ ਗਿਣਤੀ 24,506 ਹੋ ਗਈ ਹੈ ਅਤੇ 775 ਮੌਤਾਂ ਹੋ ਚੁੱਕੀਆਂ ਨੇ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 1,429 ਨਵੇਂ ਮਾਮਲੇ ਸਾਹਮਣੇ ਆਏ ਨੇ, ਜਦਕਿ 57 ਲੋਕਾਂ ਦੀ ਮੌਤ ਹੋ ਗਈ ਹੈ। ਮੰਤਰਾਲੇ ਮੁਤਾਬਕ 5,063 ਮਰੀਜ਼ इलाज मगरों ठीक हो चुके ने अते उनानु हस्पतालों तो छुट्टी दे दी गई है। महाराष्ट्र, गुजरात अते राजस्थान समेत वक-वक प्रदेशों विच कोरोना दा वधेरे कहर है, जिते हालात बिगड़ते जा रहे ने। कोरोना वायरस का कहर देश विच लगातार वधदा ही जा रहा है। लोगों दी जिंदगियां नूं बचाउण विच लगे कोरोना योद्धे भी इस वायरस की लपेट विच आ रहे ने। दिल्ली दे अलीपुर थाने विच एक हैड कॉन्स्टेबल भी कोरोना वायरस पॉजिटिव पाया गया, जिस कारण इस थाने दे 11 होर पुलिस मुलाजमान नूं आइसोलेट कर दिया गया। दस दिए कि दिल्ली पुलिस मुलाजमान विच कोरोना वायरस के वधदे होए मामलों नूं वेखदिआं दिल्ली पुलिस कमिश्नर SN श्रीवास्तव ने 6 मैंबरी कमेटियां बनाईआं ने। हर कमेटी नूं दिल्ली पुलिस दे वड्डे अफसर वेखणगे। उधर मुंबई तो जानकारी आई है कि NIA दे मुंबई दफ्तर विच काम करन वाले एक ASI कोरोना पॉजिटिव पाया गया। इस दे नाल ही उसकी बेटी भी कोरोना के लक्षण पाए गए ने। दफ्तर नूं सैनिटाइज किया जा रहा है। इस दे नाल ही दूसरे कर्मचारी नूं होम आइसोलेट किया गया। देश भर में कोरोना वायरस का कहर जारी है। इस दौरान उत्तर प्रदेश में इको परिवार के 19 मैंबरों को कोरोना पॉजिटिव मिलने कारण हफड़ा दफड़ी मच गई है। दस्सणयोग है कि संत कबीर नगर जिले में देवबंद तो वापस आए एक विद्यार्थी के परिवार के 19 मैंबर कोरोना पॉजिटिव मिले ने। इनफेक्टेड विद्यार्थी असदुल्ला के परिवार के 29 मैंबरों के नमूने गोरखपुर स्थित BRD मैडिकल कॉलेज में भेज दिए गए थे। देर रात मिली जांच रिपोर्ट में 19 मैंबर पॉजिटिव होने की पुष्टि हुई है। यह जानकारी तो बाद जिला प्रशासन अलर्ट जारी कर दिया गया। पूरे इलाके को हॉटस्पॉट ऐलान करते हुए सील कर दिया गया। सारे पॉजिटिव मरीजों को हस्पताल के आइसोलेशन वार्ड में भर्ती करवाया गया। उत्थे दिल्ली दे चिड़ियाघर विच किडनी खराब होण नाल एक मादा बाघ दी मौत हो गई। अधिकारियों ने उस दे नमूनियां नूं कोरोना वायरस दी जांच लई भेज दिता है। वातावरण मंत्रालय दे एक अधिकारी ने आखे कि कल्पना नां दी 14 साला मादा बाघ बहुत कमजोर हो गई सी, जिस दी मौत उपरंत दफना दिता गया। अधिकारी ने आखे कि उसने नमूनियां नूं कोरोना वायरस दी जांच लई बरेली दे भारतीय पशु मैडिकल संस्थान भेज दिता गया। उतें ही केंद्रीय चिड़ियाघर अथॉरिटी के सबका मैंबर सकत्तर DN सिंह ने चिड़ियाघर के अधिकारियों से लापरवाही वरतने के दोष लगाए ने। हुण वधदा पंजाब वल। पंजाब विच कोरोना वायरस का कहर वधदा ही जा रहा है। पंजाब विच कोरोना वायरस मरीजों का अंकड़ा 300 तो पार हो गया। 3 होटस्पॉट जिले पटियाला, मोहाली और जलंधर में 60 तो ज़्यादा मरीज ने। सूबे 305 लोग कोरोना पॉजिटिव पाए गए ने। रैड जोन में चल रहे 6 जिलों में जलंधर और मोहाली शामिल ने। इतने 63 मरीज ने। पटियाले 61 लोग कोरोना मरीज हो गए ने। राजपुरा शहर में 6 होर पॉजिटिव केस आउण मगरों शहर में दहशत का माहौल पैदा हो गया। राजपुरा में पॉजिटिव केसों की गिनती 42 हो गई है, जबकि पटियाला शहर में हुण पॉजिटिव केसों की गिनती 61 हो गई है। दस दिए कि नवे आए 6 पॉजिटिव मरीज पुराने आए मरीजों के संपर्क में सन, जिसकी पुष्टि अज सिविल सर्जन डॉक्टर हरीश मल्होत्रा ने की है। आओ सुनते हैं कि जिहड़े कल राजपुरा ते पटियाला तों टेस्ट लए गए सी सैंपल्स 21, उन्हां चों 6 सिर्फ पॉजिटिव आए ने, जेडे कि लोकलाइज टू 1 फैमिली ऑफ राजपुरा, जिस तो सानू लगता है कि असी कंटेन करन च सफल हो जावांगे। तो ये जेडे आए इन्हां दी भी असी कॉन्टैक्ट ट्रेसिंग वगैरह देख रहे हैं, तो अगर जरूरत पई तो 4-6 सैंपल होर भी लवांगे।
बाकी स्थिति कंट्रोल च है। लोगों को बस एक ही बेनती है कि करफ्यू ना तोड़ो, गाइडलाइनज मनो, घर च रहो, बेलोड़ी मूवमेंट्स ना करो, हैंड वॉशिंग का सोप एंड वाटर इस्तेमाल करो ताकि आप इस तो निजात पा सकी। हूँ तक पटियाला जिला 464 टोटल सैंपल्स ले गए जिन्हों चो 61 पॉजिटिव आए हैं, बाकी नैगेटिव आए हैं, एक क्योर होकर चला गया है। जिहड़ा सैकेंड पॉजिटिव केस सीगा उहदा अज असी सैंपल फस्ट नैगेटिव सैंपल आफ्टर 14 डेज का सैंपल भी भेजे और आस करते हैं भी उहदा भी नैगेटिव आएगा और किसी नूं भी घबराने की जरूरत नहीं, बस एहतियात वरतो और आपां इस बीमारी तो निजात। राजपुरा विखे कोविड-19 के मिले ताज़ा पॉजिटिव मामलों के मद्देनज़र जिला डीसी कुमार अमित ने बीती रात एक अहम फैसला लेंदिया राजपुरा नगर कौंसल दिया हद्दा अंदरले शहर नू इतिहाद वजो बफर खेतर ऐलानिया। जिला मैजिस्ट्रेट दे ए हुकम तुरंत लागू हो गए ने अते अगले हुकमां तक राजपुरा विच ना कोई व्यक्ति शहर तो बाहर जा सकेगा अते ना ही कोई राजपुरा दे अंदर दाखिल हो सकेगा। स्थानक वसनीकां नूं रोजाना लोड़ींदियां जरूरी वस्तां दी सप्लाई SDM राजपुरा TC बैनेट दी अगवाई हेठ यानी कि उन्हां दी निगरानी हेठ नगर कौंसल राजपुरा वल्लों मुहैया करवाईआं जाणगीआं। लगातार जारी है तो सूबे अंदर कुल कोरोना पीड़ित की गिनती वध के 305 ते पहुंच गई है जो कि गंभीर चिंता का विषय है। कोरोना के वध रहे प्रकोप नूं वेखदिआं पंजाब सरकार दे सिहत विभाग वल्लों अहम फैसला किया गया है कि जिस मुताबक हुण कोरोना मरीजों की भाल लई सूबे अंदर रोजाना 1200 टैसट किए जाणगे। कोरोना वायरस के मरीजों की भाल करने लई पंजाब सरकार दे सिहत विभाग वल्लों रोजाना 1200 नमूने लए जाणगे अते उन्हां दे टैसट किए जाणगे। ये जानकारी पंजाब सरकार दे उच्च अधिकारी KBS सिद्धू वल्लों ट्विटर ते सांझी कीती गई है। जिला पठानकोट विच अज लगभग 7 दिन बाद एक होर औरत दे कोरोना पॉजिटिव होने का मामला सामने आया। इस गल की पुष्टि जिला डिप्टी कमिश्नर पठानकोट गुरप्रीत सिंह खैरा वालों की गई है। गुरप्रीत सिंह खैरा ने आख्या कि देर रात आई रिपोर्ट विच पुष्टि हुई है कि उक्त औरत कोरोना पॉजिटिव है और औरत जिला पठानकोट के अमनदीप हस्पताल की डॉक्टर है। उन्होंने आख्या कि सेहत विभाग हुण उक्त औरत के संपर्क में आने वाले लोगों की भाल में जुट गई है। लुधियाना सिविल हस्पताल विच भर्ती दो मरीजों की मौत हो जाने तो बाद जिला सिहत प्रशासन ने उन्होंने कोरोना वायरस का शक्की मरीज मानते हुए उन्होंने सैंपल लैके भेज दिए ने। इन्ह मरीजों में एक 20 साल मरीज पायल इलाके का रहन वाला सी जदों की दूसरा 47 साल मरीज हैबोवाल कला का रहन वाला दसा जा रहा है। सिहत विभाग के सूत्रों अनुसार 20 साल मरीज की मौत रात 2 बजे हुई है जदों की दूसरे मरीज की मौत सवेरे 7 बजे के करीब हुई है। दोहां दे सैंपल जांच लई भेज दिए गए ने। श्री हजूर साहिब विखे फसियां सिख संगतां नूं वापस लियाउण लई पटियाला तों PRTC दीआं 32 बसां रवाना कीती गईआं ने। उते ही इन्हां दे नाल ही श्री हजूर साहिब विच फसे श्रद्धालुआं नूं लै के आउण लई PRTC के चेयरमैन KK शर्मा की हाजिरी में अज सवेरे 9 बजे बस स्टैंड पटियाला तो बसों को रवाना किया गया। केंद्र सरकार तो मंजूरी मिलने तो बाद पंजाब सरकार ने PRTC नूं ये जिम्मेवारी सौंपी है। चेयरमैन KK शर्मा ने दसाया कि PRTC ने अपने 17 डिपुआ तो बसा मंगवाईया ने जिन्हां राही जल्द ही श्रद्धालु अपने घरों वापसी करनगे। दस दे कि पंजाब सरकार ने कोविड-19 के मद्देनज़र लगाई तालाबंदी कारण श्री हजूर साहिब नादेड़ महाराष्ट्र विच फसे सूबे के 3000 श्रद्धालुओं की सुरक्षा यानी कि उन्होंने सुरक्षित वापसी की मंजूरी लई महाराष्ट्र सरकार को बेनती की सी। उते ही सारे श्रद्धालुओं को भारत सरकार के दिशा निर्देशों के अनुसार सूबा सरकार वालों जारी किए गए लॉकडाउन करके नहीं आ सके साढ़े कैप्टन अमरिंदर सिंह मुख्यमंत्री पंजाब सरकार उन्होंने मुख्यमंत्री महाराष्ट्र गल करके जोतबंदी बनाई कि उस श्रद्धालुओं पंजाब वापस भेजा जाए क्योंकि वह असमर्थ ने आने और गल सिरे चढ़ी। असी सानू हुक्म होया कल रात और असी साड़ी तैयारी सी कि एमरजेंसी कदे भी
लोड़ पै सकती है। साड़ियाँ वॉल्वो बसा SUV बसा जो वातानुकूलित ने ये असी 32 बसा पंजाब चों भेजने जिन्हें 7 पटियाले तो अलग अलग बाकी शहरों तो वह बसा जा रही हैं और साढ़े जिन्हें मुलाजम ने ड्राइवर कंडक्टर ने उन्होंने बकायदा दवाइयाँ खाना सारा कुछ उपलब्ध करा के सैनिटाइजर मास्क ताकि उन्होंने किसी तरह की कोई दिक्कत ना आए और भली भांति साढ़े श्रद्धालुओं उतों लैके आ। कोरोना वायरस की महामारी के चलदे श्री हजूर साहिब विखे फसिया संगतों नूं वापस लियाउण लई अज पंजाब सरकार के आदेशों ते अमृतसर तो पंजाब रोडवेज दीआं 4 बसां रवाना कीती गईआं ने। बीते कई दिनों तो इस संबंधी श्रोमणी कमेटी अते जथेदार श्री अकाल तख्त साहिब वल्लों कई बार पंजाब सरकार नूं आख्या गया सी, जिसके चलदे पंजाब दे मुख्यमंत्री कैप्टन अमरिंदर सिंह दे आदेशों ते अज इह उपराला कीता जा रहा है। तो 4 बसा जा रही जी, दो बसा पंजाब रोड अमृतसर बन दिया, दो बसा जा रही पंजाब रोड अमृतसर टूरिया। साढ़े मानयोग डायरेक्टर साहब जी के हुक्म अनुसार 4 बसा जा रही हजूर साहब जिहड़े यात्री उत्थे फसे ने उन्होंने लैन वास्ते। सीएम साहब वालों ऑर्डर होया, पंजाब सरकार वालों ऑर्डर होया, उन्होंने कहने से मतलब गड्डिया जा रही। देखो जी, सोशल डिस्टेंस का खास ध्यान रखा जाएगा कि बाकी साढ़े जीम साहब जा रहे नाल, जीम साहब टीम साहब जा रहे नाल, सोशल डिस्टेंस का खास ध्यान रखा जाएगा। जो भी पंजाब सरकार ने उपराला किया यात्रियों ने लिया, बड़े मतलब ध्यान के नाल उन्होंने लिया जाएगा। कोरोना वायरस की महामारी के चलद श्री हजूर साहिब विखे फसिया संगतों नूं वापस लियाउण लई अज बठिंडा तो 80 बसा श्री हजूर साहिब लई रवाना की गई ने, जिस विच 32 बसा PRTC दियां ने अते 48 बसा पनबस अते पंजाब रोडवेज दियां ने। दस दे कि पंजाब के हर जिले तो रवाना हुई बसा बठिंडा जिले विच पहुंचिया ने, जिस दे बाद कुल 80 बसा बठिंडा तो श्री हजूर साहिब लई रवाना की गई ने। इस दौरान बठिंडा PRTC के GM मुताबक सख्त हदायतों तो बाद बस ड्राइवरों नूं करफ्यू के नियमों की पालना करन दी हदायतां जारी की गई। ਸਰਕਾਰ ਵੱਲੋਂ ਇੰਸਟ੍ਰਕਸ਼ਨਸ ਹੋਈਆਂ ਵੀ ਜਿਹੜੇ ਸ਼ਰਧਾਲੂ ਫਸੇ ਹੋਏ ਨੇ ਹਜੂਰ ਸਾਹਿਬ ਉਹਨਾਂ ਨੂੰ ਲੈ ਕੇ ਆਉਣ ਵਾਸਤੇ, ਉਸ ਵਾਸਤੇ ਅਸੀਂ ਹੁਣ ਅੱਜ ਜੋ ਪਲਾਨ ਵਰਕਆਊਟ ਹੋਇਆ ਵੀ 80 ਬੱਸਾਂ ਦੇ ਕਰੀਬ ਜਾ ਰਹੇ ਨੇ। ਇਹਦੇ 'ਚੋਂ ਬੱਸਾਂ ਕਈ 32 ਬੱਸਾਂ PRTC ਦੀਆਂ ਨੇ, ਬਾਕੀ 48 ਬੱਸਾਂ ਪੰਜਾਬ ਰੋਡਵੇਜ਼ ਦੀਆਂ ਪਨ ਬੱਸ ਦੀਆਂ ਨੇ। ਸਾਰੀਆਂ AC ਬੱਸਾਂ ਨੇ, ਕੋਈ ਵੋਲਵੋ ਨੇ, ਕੋਈ 2x2, ਸਾਰੀਆਂ AC ਬੱਸਾਂ ਨੇ, ਉਹ ਅਸੀਂ ਭੇਜ ਰਹੇ ਹਾਂ ਅੱਜ। ਹੁਣ ਇਹ ਬੱਸਾਂ ਸਾਰੀਆਂ ਤੁਹਾਡੇ ਸਾਹਮਣੇ ਬੱਸਾਂ ਕਈ ਨਿਕਲ ਗਈਆਂ, ਕਈ ਅਸੀਂ ਤੇਲ ਪਵਾ ਕੇ ਭੇਜ ਰਹੇ ਹਾਂ। ਇਹਦੇ ਨਾਲ ਨਾਲ ਅਸੀਂ ਬਾਕੀ ਸਟਾਫ ਵੀ ਭੇਜ ਰਹੇ ਹਾਂ, ਡਰਾਈਵਰ ਕੰਡਕਟਰ ਦੇ ਨਾਲ ਇੰਸਪੈਕਟਰ ਸਟਾਫ ਜਾ ਰਿਹਾ, ਵਰਕਸ਼ਾਪ ਸਟਾਫ ਜਾ ਰਿਹਾ, ਇੱਕ GM ਸਾਹਿਬ ਵੀ ਜਾ ਰਹੇ ਨੇ, ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ। ਸਿਰਫ ਡਰਾਈਵਰ ਕੰਡਕਟਰ ਹੀ ਨਹੀਂ, ਹੋਰ ਵੀ ਸਾਰਾ ਨਾਲੇ ਅਸੀਂ ਉਹਨਾਂ ਨੂੰ ਸਮਾਨ ਦੇ ਕੇ ਵੀ ਭੇਜ ਰਹੇ ਹਾਂ, ਤਾਂ ਕਿਉਂਕਿ ਤੁਹਾਨੂੰ ਪਤਾ ਵੀ ਰਸਤੇ ਬੰਦ ਨੇ, ਕਿਸੇ ਕੋਈ ਦਿੱਕਤ ਨਾ ਹੋਵੇ। ਬੱਸਾਂ ਅਸੀਂ ਸਾਰੀਆਂ ਦੁਬਾਰਾ ਇੱਥੇ ਆ ਕੇ ਸੈਨੀਟਾਈਜ਼ ਕਰਾਈਆਂ ਨੇ, ਸਾਰੀਆਂ ਬੱਸਾਂ ਸੈਨੀਟਾਈਜ਼ ਕਰਾਈਆਂ ਨੇ, ਹਾਲਾਂਕਿ ਡਿਪੂ 'ਚੋਂ ਕਹੀਆਂ ਸੀ ਤਾਂ ਵੀ ਦੁਬਾਰਾ ਕਰਾਈਆਂ ਅਸੀਂ, ਬੱਸਾਂ 'ਚ ਵੀ ਰੱਖਤੇ ਨੇ ਸੈਨੀਟਾਈਜ਼ਰ, ਤਾਂ ਕਿ ਬੱਸਾਂ ਨੂੰ ਵਿਦ ਟਾਈਮ ਕਲੀਨ ਕਰਦੇ ਰਹਿਣ। ਕੋਈ ਵੀ ਜੋ ਵੀ ਅਸੀਂ ਮਤਲਬ ਪ੍ਰੀਕੋਸ਼ਨਸ ਕਰ ਸਕਦੇ ਹਾਂ ਜਾਂ ਜੋ ਵੀ ਅਸੀਂ ਕਰ ਸਕਦੇ ਹਾਂ, ਅਸੀਂ ਉਹ ਸਭ ਕਰ ਰਹੇ ਹਾਂ। ਤੁਹਾਡੇ ਸਾਹਮਣੇ NGO ਵੀ ਸਾਡੀ ਹੈਲਪ ਕਰ ਰਹੇ ਨੇ ਫੂਡ ਵਾਸਤੇ ਜਾਂ ਵਾਟਰ ਬੋਟਲ ਵਾਸਤੇ ਜਾਂ ਹੋਰ ਵੀ ਤਰ੍ਹਾਂ ਦੀ ਚੀਜ਼ਾਂ ਵਾਸਤੇ। ਸੋ ਇਹ ਕਲੈਕਟਿਵ ਐਫਰਟ ਹੈ, ਅਸੀਂ ਬੱਸਾਂ ਭੇਜ ਰਹੇ ਹਾਂ ਅਤੇ ਅਸੀਂ ਹੋਪ ਕਰਦੇ ਹਾਂ ਵੀ 6 ਦਿਨਾਂ ਦੇ ਵਿੱਚ ਅਸੀਂ ਸਾਰਾ ਇਹ ਜੋ ਮਿਸ਼ਨ ਹੈ, ਜੋ ਸਾਡਾ ਕੰਮ ਹੈ, ਪੂਰਾ ਕਰ। ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਗੁਬਾਇਆ ਅਤੇ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਪ੍ਰੇਮ ਕੁਲਾਰੀਆ ਨੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਲਾਕਡਾਊਨ ਕਾਰਨ ਦੂਸਰੇ ਰਾਜਾਂ ਵਿੱਚ ਫਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਆਓ ਸੁਣਦੇ ਹਾਂ। ਸਾਰੀਆਂ ਸਟੇਟਾਂ ਦੇ ਵਿੱਚ ਜਿਹੜੀ ਲੇਬਰ ਹੈ ਉਹ ਅਲੱਗ ਅਲੱਗ ਸਟੇਟਾਂ ਵਿੱਚ ਜਾਂਦੀ ਹੈ, ਅਲੱਗ ਅਲੱਗ ਤਰ੍ਹਾਂ ਦੇ ਕੰਮ ਕਰਦੀ ਹੈ, ਅਤੇ ਉਹ ਮਹੀਨੇ ਦਾ ਸਮਾਂ ਹੋਣ ਤੋਂ ਬਾਅਦ ਉੱਥੇ ਕੰਮ ਉਹਨਾਂ ਦੇ ਬੰਦ ਹੋ ਗਏ। ਜਿਨ੍ਹਾਂ ਦੇ ਕੋਲ ਕੰਮ ਕਰਦੇ ਸੀ ਉਹਨਾਂ ਨੇ ਵੀ ਕਹਿਤਾ ਕਿ ਤੁਸੀਂ ਆਪੋ ਆਪਣੇ ਘਰ ਨੂੰ ਜਾਓ, ਸਟੇਟ ਨੂੰ ਜਾਓ, ਜਿੱਥੇ ਤੁਸੀਂ ਜਾਣਾ ਉੱਥੇ ਜਾਓ। ਔਰ ਕਈ ਸਟੇਟਾਂ ਦੇ ਵਿੱਚ ਜਿਵੇਂ ਰਾਜਸਥਾਨ ਹੈ, ਹਰਿਆਣਾ ਹੈ, ਉੱਤਰਾਖੰਡ ਹੈ, UP ਹੈ, ਉਹਨਾਂ ਸਟੇਟਾਂ ਦੇ ਵਿੱਚੋਂ ਕੁਛ ਲੇਬਰ ਜਿੰਨਾ ਜਿਹੜੇ ਲੋਕ ਲੇਬਰ ਕਰਦੇ ਸੀ ਉਹ ਆਪਣੇ ਤੌਰ 'ਤੇ ਪੈਦਲ ਜਿਹੜੀ ਹੈ 1000 ਕਿਲੋਮੀਟਰ ਦੀ ਦੂਰੀ ਵੀ ਜਿਹੜੀ ਤੈਅ ਕਰਕੇ ਉਹ ਆਪਣੀਆਂ ਸਟੇਟਾਂ ਨੂੰ ਜਿਹੜਾ ਉਹਨਾਂ ਨੇ ਉਹ ਚੱਲੇ ਹੋਏ ਆ। ਕਈ ਥਾਵਾਂ 'ਤੇ ਉਹ ਇਸ ਤਰ੍ਹਾਂ ਦੇ ਸਾਡੇ ਸਾਹਮਣੇ ਕੇਸ ਆਏ ਹੈ ਕਿ ਜਿਵੇਂ ਫਾਜ਼ਿਲਕਾ ਦੇ ਵਿੱਚ
कुछ लोग राजस्थान की स्टेट तो आ के वह अनऑफिशियली पिंड जे आ जाते हैं तो फिर आप अपने घर जाके बैठ जाते हैं। तो इस वास्ते बेनती है कि ये सरकार को चाहिए कि जिते भी जिन्या भी स्टेटा में लेबर बैठी हैं चाहे पंजाब कोई बैठी है उन्होंने दूजे राजस्थान से जाना है वो आप अपने स्टेटा के ले जाने का प्रबंध किया जाए। जे तरह का प्रबंध जेकर नहीं होया तो फिर ये बड़ा बड़े जी नुकसान होएगा इतने कोरोना का तो असं बच नहीं सकते। पंजाब दे खजाना मंत्री मनप्रीत सिंह बादल दे पिता ते साबका मुख्यमंत्री प्रकाश सिंह बादल दे छोटे भरा साबका संसद मैंबर गुरदास सिंह बादल दी सेहत विगड़न तों बाद उन्हां नूं इलाज लई मोहाली दे फोर्टिस हस्पताल विच दाखिल करवाए गए। मिली जानकारी अनुसार उन्हां दी स्थिति नूं वेखदे आईसीयू विच रख्या गया। पता यह भी लग्या कि उन्हां नूं शुगर की बीमारी है जो हुण दिल अते गुरदियां ते असर पाउण लगी है। दस्सणयोग है कि लगभग एक महीने पहलां गुरदास सिंह बादल दी धर्मपत्नी हरमिंदर कौर बादल सिर दे कैंसर कारण सदी विछोड़ा दे गए सन। अपने जीवन साथी दे चले जाण कारण गुरदास सिंह बादल नूं काफ़ी सदमा लग्या है। फिलहाल डॉक्टरों वालों उन्हां दी देखभाल की जा रही है। जानकारी अनुसार बादल दी सेहत विच सुधार है अते जिस करके उन्हां नूं जल्दी ही छुट्टी दित्ते जाण दे आसार ने। पंजाब सरकार ने नैशनल हैल्थ मिशन अधीन काम कर रहे वर्करां दी तनखा 3500 तो 12000 रुपए तक वधाउण दी घोषणा की है, जिस तहत जलंधर दे सिविल सर्जन दफ्तर विच काम कर रहे कर्मियां डॉक्टरां ने सरकार दे इस फैसले दा स्वागत किया। डाटा ऑपरेटर मैनेजर ने इस फैसले दे प्रतिक्रिया देंदे आख्या कि कोरोना दे तनावपूर्ण माहौल विच उन्हां लई इह चंगी खबर है अते सरकार ने कोरोना विच उन्हां दे विभागां वल्लों कीते जा रहे कारजां नूं वेखदिआं होइआं इह फैसला किया। तो पहला तो असं बहुत थैंकफुल है गवर्नमेंट के कि उन्होंने साड़ी जी तनखा हैगी काफ़ी वाधा किया है। एंड ये कोशिश चलो असं काफ़ी टाइम तो कर रहे थे कि सरकार जी साड़ियां तनखाह वाधा करे। इनफ्लेशन रेट में देखते हुए साड़ी मतलब मंग जी काफ़ी समय तो असं उन्होंने दसी हुई सी, बट हूँ कोरोना के मद्देनज़र रखते हुए साड़ियां जड़ियाँ सर्विसिज है बहुत ही अग्रैसिवली सारे टीम्स जड़ियाँ है काम कर रही ने, स्पैशली IDSP टीम्स जड़ियाँ लगातार फील्ड दे विच भी एंड डिस्ट्रिक्ट लेवल ते स्टेट हैडक्वार्टर ते हर कोई बंदा जिहड़ा अपनी पूरी डेडिकेशन ते हार्ड वर्क दे नाल दे रहा है। सो मैनू ऐ लगता कि ये जरूरी भी सीगा मोटिवेशन भी ते बूस्टिंग जिहड़ा लेवल है उहनू अप करन वास्ते ते ये मतलब एक बहुत ही अच्छा जिहड़ा हैगा साडे लई गिफ्ट हैगा दिस ईयर दा। ते किन्ने कु वर्कर्स काम कर रहे ने सारे साडे मेन डिस्ट्रिक्ट लेवल ते जिवें IDSP दे अंडर असीं डाटा मैनेजर है डाटा एंट्री ऑपरेटर है एंड डिस्ट्रिक्ट एपीडीमियोलॉजिस्ट है माइक्रोबायोलॉजिस्ट है ते सारे ही असीं कोरोना दे नाल जिवें जिहड़ी हैगी फाइट हैगी आ बाकी स्टाफ दे नाल जिवें लड़ रहे हैं। सो हर बंदा जिहड़ा हैगा डायरेक्टली इनवॉल्व हैगा आ कोरोना दी जिहड़ी वॉर हैगी आ। कोरोना वायरस के मद्देनज़र सूबे विच करफ्यू जारी है, जिस तहत लोगों की सुरक्षा हेठ ट्रैफिक नूं कंट्रोल करन लई अज इंस्पैक्टर रणजीत सिंह बहणीवाल इंचार्ज ट्रैफिक पुलिस पटियाला वालों चैकिंग की गई है। सड़कों पर बेवजह घूम रहे लोगों नूं चेतावनी देकर छड़े गए। उन्होंने लोगों को अपील की है कि वह कोरोना वायरस के चलद घर ही बैठन। उन्होंने आख्या कि गलत पाए गए व्यक्तियों के खिलाफ कानूनी कार्रवाई की जा रही है। SDM सूबा सिंह DSP वरिंदरजीत सिंह थिंद अते कोतवाली इंचार्ज सरबजीत सिंह चीमा वालों भारी पुलिस फोर्स समेत स्थानक बोला गेट चौक विखे नाकाबंदी करके जिथे वाहनों की चैकिंग की गई है उत्थे नाल ही जिहड़े व्यक्ति प्रशासन वालों जारी किए गए पास की नाजायज़ वरतों कर रहे सन उन्होंने चलान कटे गए अते SDM वालों उन्हां पासां नूं मौके ते रद्द किया गया। इस मौके उन्होंने आख्या कि जिहड़े व्यक्ति करफ्यू की उलंघना करेगा उस खिलाफ़ बनती कार्रवाई करने तो गुरेज नहीं किया जाएगा। उपरंत SDM अते DSP वालों भाली पुलिस फोर्स समेत शहर में फ्लैग मार्च भी कटे गए। बट पिछले 2-3 दिनों तो यह रिपोर्ट सीगियां कि कुछ लोग जिहड़े ने उन्हां नूं पास जारी होए ने उन्हां दा मिसयूज़ कर रहे ने
ਤੇ ਜਿਹੜਾ ਪ੍ਰੋਪਰ ਕਰਫਿਊ ਦੀ ਜਿਹੜੀ ਪਾਲਣਾ ਹੈਗੀ ਆ ਉਹ ਪ੍ਰੋਪਰ ਤਰੀਕੇ ਨਹੀਂ ਹੋ ਪਾ ਰਹੀ ਤੇ ਕਾਫੀ ਲੋਕੀ ਸੜਕਾਂ ਤੇ ਨਿਕਲਦੇ ਨੇ ਤੇ ਅਨਸੈਸਰੀ ਤੇ ਬਿਨਾ ਕੰਮ ਤੋਂ ਜਾਂ ਬਿਨਾ ਵੈਲਿਡ ਰੀਜ਼ਨ ਤੋਂ ਜਾਂ ਬਿਨਾ ਵੈਲਿਡ ਪਾਸ ਤੋਂ ਨਿਕਲ ਰਹੇ ਨੇ ਉਹਨੂੰ ਰੋਕਣ ਵਾਸਤੇ ਜਾਂ ਉਹਦੇ ਤੇ ਅਸੀਂ ਜਿਹੜਾ ਹੈਗਾ ਉਹਨੂੰ ਕੰਟੇਨ ਕਰਨ ਵਾਸਤੇ ਆਹ ਅੱਜ ਅਸੀਂ ਸਪੈਸ਼ਲੀ ਇਹਨੂੰ ਦੇਖ ਰਹੇ ਹਾਂ ਕਿ ਕਿਹੜੇ ਬੰਦੇ ਕੋਲ ਪਾਸ ਹੈ ਕਿਹਦੇ ਕੋਲ ਨਹੀਂ ਹੈ ਕਿਹੜਾ ਯੂਜ਼ ਕਰ ਰਿਹਾ ਕਿਹੜਾ ਮਿਸਯੂਜ਼ ਕਰ ਰਿਹਾ ਅਤੇ ਕੱਲ੍ਹ ਤੋਂ ਅਸੀਂ ਕਾਫੀ ਸਾਰੇ ਪਾਸ ਮੈਂ ਕੈਂਸਲ ਕੀਤੇ ਨੇ 7-8 ਪਾਸ ਕੱਲ੍ਹ ਕੈਂਸਲ ਕੀਤੇ ਨੇ ਅੱਜ ਵੀ ਜਿਹੜਾ ਕੋਈ ਇਸ ਤਰ੍ਹਾਂ ਦਾ ਮਿਸਯੂਜ਼ ਕਰਦਾ ਪਾਇਆ ਗਿਆ ਉਹਦੇ ਪਾਸ ਅਸੀਂ ਕੈਂਸਲ ਕਰਾਂਗੇ ਅਤੇ ਉਹਨੂੰ ਅਸੀਂ ਘਰੋਂ ਬਾਹਰ ਨਹੀਂ ਨਿਕਲਣਾ ਸ਼੍ਰੀ ਮੁਕਤਸਰ ਸਾਹਿਬ ਦੇ ਬਲਾਕ ਬਰੀਵਾਲਾ ਮੰਡੀ ਦੇ ਤਹਿਤ ਪਿੰਡ ਵਿੱਚ ਬਣੇ ਫੋਕਲ ਪੁਆਇੰਟ ਵਿੱਚ ਕਿਸਾਨਾਂ ਨੂੰ ਪਾਸ ਸੰਬੰਧੀ ਦਿੱਕਤਾਂ ਆ ਰਹੀਆਂ ਨੇ ਜਿਸ ਸੰਬੰਧੀ ਕਿਸਾਨਾਂ ਦਾ ਆਖਣਾ ਹੈ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਸ ਮੁਹੱਈਆ ਕਰਵਾਏ ਜਾਣ ਜਿਸ ਨਾਲ ਉਹ ਆਪਣੀ ਫਸਲ ਨੂੰ ਫੋਕਲ ਪੁਆਇੰਟਾਂ ਤੋਂ ਲਿਆ ਸਕਣ ਪਿੰਡ ਡੋਕ ਦੇ ਕਿਸਾਨਾਂ ਦਾ ਆਖਣਾ ਹੈ ਕਿ ਛੋਟਾ ਜ਼ਿਮੀਦਾਰ ਛੋਟਾ ਕਿਸਾਨ ਆਪਣੀ ਫਸਲ ਘਰਾਂ ਵਿੱਚ ਨਹੀਂ ਰੱਖ ਸਕਦਾ ਜਿਸ ਕਾਰਨ ਉਹਨਾਂ ਨੂੰ ਮੌਸਮ ਸੰਬੰਧੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਔਖੀ ਘੜੀ ਵਿੱਚ ਕਿਸਾਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਪਾਸ ਬਹੁਤ ਘੱਟ ਮਿਲਦੇ ਆ ਜਿਹੜੇ ਆਪਣੇ ਤਾਂ ਗੌਰਮੈਂਟ ਨੇ ਪਾਸ ਕਰਾਈ ਕਰਦੇ ਆ ਇੱਥੇ ਸਾਡੀ ਆੜ 'ਤੇ ਤਕਰੀਬਨ ਅਜੇ ਤੱਕ 8.5 ਪਾਸ ਮਿਲੇ ਆ ਅੱਛਾ ਜੀ ਇੱਕ ਪਾਸ 'ਤੇ ਇੱਕ ਟਰਾਲੀ ਆਉਣ ਦਿੰਦੇ ਆ ਉਹ ਇੱਕ ਪਾਸ ਨਾਲ ਕਿਵੇਂ ਟਰਾਲੀਆਂ ਲੈਂਦੀਆਂ ਕਿਵੇਂ ਜ਼ਿਮੀਦਾਰ ਦਾ ਪੂਰਾ ਹੁੰਦਾ ਉਹ ਬਹੁਤ ਔਖਾ ਜੀ ਹੁਣ ਅਸੀਂ ਕਣਕ ਵੱਢ ਕੇ ਆਪਦੇ ਘਰਾਂ ਦੇ ਵਿੱਚ ਲਾ ਕੇ ਰੱਖੀ ਬੈਠੇ ਹਾਂ ਜਿਹਦਾ ਹੁਣ ਸਾਨੂੰ ਦੁਬਾਰਾ ਫਿਰ ਉੱਥੋਂ ਭਰ ਕੇ ਸਾਨੂੰ ਲੇਬਰ ਪਊਗੀ ਦੁਬਾਰਾ ਭਰ ਕੇ ਲਿਆਵਾਂਗੇ ਮਾਰਕੀਟ ਕਮੇਟੀ ਨੂੰ ਜਿਹੜੇ ਪ੍ਰਬੰਧ ਕੀਤੇ ਜਿੱਥੋਂ ਦੀ ਐਂਟਰੀ ਗੇਟ ਬਣਾਇਆ ਹੋਇਆ ਉੱਥੇ ਸੈਨੇਟਾਈਜ਼ਰ ਰੱਖਿਆ ਇਹਨਾਂ ਨੇ ਉੱਥੇ ਜਿਹੜੀ ਟਰਾਲੀ ਆਉਂਦੀ ਉਹਦੇ ਹੱਥ ਧੁਆ ਕੇ ਉਹਨੂੰ ਸੈਨੇਟਾਈਜ਼ਰ ਕਰਕੇ ਮਾੜਾ ਮੋਟਾ ਜਿੰਨਾ ਕਰਦੇ ਆ ਕਰਕੇ ਅੱਗੇ ਆਉਣ ਦਿੰਦੇ ਆ ਉਦੋਂ ਅੱਗੇ ਮੰਡੀ ਦੇ ਵਿੱਚ ਕੁਛ ਨਹੀਂ ਗਾ ਮਾਰਕੀਟ ਵਾਲਾਂ ਜ਼ਿਮੀਦਾਰ ਅਸੀਂ ਆਪ ਲਿਆ ਕੇ ਪਾ ਲਈਏ ਤਾਂ ਭਾਵੇਂ ਪਾ ਲਈਏ ਹੁਣ ਅਸੀਂ ਘਰੇ ਪਾਈਏ ਤਰਪਾਲ ਕਿ ਇੱਥੇ ਪਾਈਏ ਕਿੱਥੇ ਕਿੱਥੇ ਪਾਈਏ ਦੱਸੋ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਲਈ ਆਉਣ ਵਾਲੇ 48 ਘੰਟੇ ਚਿੰਤਾ ਵਾਲੇ ਨੇ ਕਿਉਂਕਿ ਮੌਸਮ ਵਿਭਾਗ ਚੰਡੀਗੜ੍ਹ ਨੇ ਦੇਰ ਸ਼ਾਮ ਨੂੰ ਮੌਸਮ ਦੇ ਬਦਲਦੇ ਮਿਜ਼ਾਜ ਸੰਬੰਧੀ ਬੁਲੇਟਿਨ ਜਾਰੀ ਕੀਤਾ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਪੱਛਮੀ ਚੱਕਰਵਾਤ ਸਰਗਰਮ ਹੋਣ ਨਾਲ ਪੰਜਾਬ ਅਤੇ ਹਰਿਆਣਾ ਵਿੱਚ 25 ਅਪ੍ਰੈਲ ਤੋਂ ਲੈ ਕੇ 27 ਅਪ੍ਰੈਲ ਤੱਕ 30-40 ਕਿਲੋਮੀਟਰ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਇੱਕ ਪਾਸੇ ਕੋਰੋਨਾ ਦੀ ਮਾਰ ਅਤੇ ਦੂਸਰੇ ਪਾਸੇ ਕਣਕ ਦੀ ਵਾਢੀ ਦਾ ਕੰਮ ਮੌਸਮ ਦੇ ਬਦਲਦੇ ਮਿਜ਼ਾਜ ਕਾਰਨ ਪਿੱਛੇ ਪੈ ਗਿਆ ਅਤੇ ਬਾਹਰਲੇ ਸੂਬਿਆਂ ਵਿੱਚ ਗਈਆਂ ਕੰਬਾਈਨਾਂ ਦੇ ਵੀ ਪੰਜਾਬ ਆਉਣ ਵਿੱਚ ਦੇਰੀ ਹੋਣ ਕਾਰਨ ਕਣਕ ਦੀ ਵਾਢੀ ਦਾ ਕੰਮ ਪਛੜ ਗਿਆ ਪੰਜਾਬ ਦੇ ਮੌਸਮ ਨੂੰ ਵੇਖਦਿਆਂ ਕਿਸਾਨ ਹੁਣ ਵੀ ਨਿਰਾਸ਼ ਦੇ ਆਲਮ ਵਿੱਚ ਨੇ ਮਹਾਮਾਰੀ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਆਪਣੇ ਪੈਰ ਪਸਾਰ ਲਏ ਨੇ ਜਿਸ ਤਹਿਤ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਅਤੇ ਸਮੂਹ ਲੋਕਾਂ ਵੱਲੋਂ ਮਹਾਮਾਰੀ ਕੋਰੋਨਾ ਵਾਇਰਸ ਤੋਂ ਨਿਜਾਤ ਪਾਉਣ ਲਈ ਅਰਦਾਸਾਂ ਕੀਤੀ ਜਾ ਰਹੀਆਂ ਨੇ ਅਤੇ ਵਾਹਿਗੁਰੂ ਜੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਜਿਸ ਤਹਿਤ ਮੁੰਬਈ ਤੋਂ ਅਗਮ ਸਿੰਘ ਆਨੰਦ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਜੀ ਦੇ ਮਾਤਾ ਕਰਮ ਕੌਰ ਜੀ ਜੋ ਕਿ 90 ਸਾਲਾਂ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਨੇ ਇਹਨਾਂ ਨੇ ਅੱਜ ਸਵੇਰੇ 8 ਵਜੇ ਆਖਰੀ ਸਾਹ ਲਏ ਅਦਾਰਾ ਚੜ੍ਹਤੀਕਲਾ ਨੇ ਇਕਬਾਲ ਸਿੰਘ ਜੀ ਦੇ ਮਾਤਾ ਜੀ ਦੇ ਦੇਹਾਂਤ ਤੇ ਸੋਗ ਜਤਾਇਆ ਸੋ ਇਸਦੇ ਆਸ ਮੈਂ ਦੋ ਆ ਗਿਆ ਧੰਨਵਾਦ